ਤਾਂ ਪੰਜਾਬ ਦੇ ਵਿੱਚ ਮੁੜ ਮੀਂਹ ਹਨੇਰੀ ਝੱਖੜ ਆ ਗਿਆ ਏ। ਜੀ ਹਾਂ, ਦੁਬਾਰਾ ਤੋਂ ਕੱਲ੍ਹ ਵਾਲੇ ਹਾਲਾਤ ਦੇਖਣ ਨੂੰ ਮਿਲ ਰਹੇ ਨੇ। ਬੀਤੇ ਦਿਨ ਰਾਤ ਵੇਲੇ ਕਾਫੀ ਤੇਜ਼ੀ ਦੇ ਨਾਲ ਮੀਂਹ ਹਨੇਰੀ ਝੱਖੜ ਆਇਆ, ਜਿਸ ਕਰਕੇ ਕਈ ਲੋਕਾਂ ਦੇ ਘਰਾਂ ਦਾ ਨੁਕਸਾਨ, ਕੰਧਾਂ ਡਿੱਗ ਪਈਆਂ, ਗੱਡੀਆਂ ਦਾ ਨੁਕਸਾਨ, ਇੱਕ ਪਾਸੇ ਤਾਂ ਫਲੈਕਸ ਬੋਰਡ ਹੀ ਡਿੱਗ ਪਿਆ ਜਿਸ ਕਰਕੇ ਗੱਡੀਆਂ ਉਸਦੇ ਹੇਠਾਂ ਡੱਬ ਪਈਆਂ। ਤਾਂ ਦੱਸ ਦਈਏ ਕਿ ਸਾਈਨ ਬੋਰਡ ਕਾਫੀ ਵੱਡਾ ਲੱਗਿਆ ਸੀ। ਕੱਲ ਹਵਾਵਾਂ ਕਾਫੀ ਤੇਜ਼ ਰਫਤਾਰ ਦੇ ਨਾਲ ਚੱਲੀਆਂ ਤੇ ਬਾਅਦ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਸੂਚਨਾ ਦਿੱਤੀ ਗਈ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਵਾਵਾਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਦੇ ਨਾਲ ਚੱਲ ਸਕਦੀਆਂ ਨੇ। ਤਾਂ ਹੁਣ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਪੰਜਾਬ ਦੇ ਬਠਿੰਡੇ ਇਲਾਕੇ ਦੀਆਂ ਤਸਵੀਰਾਂ ਨੇ, ਜਿੱਥੇ ਫੇਰ ਤੋਂ ਹਨੇਰੀ ਆਈ ਹੈ। ਅਸਮਾਨ ਦੇ ਵਿੱਚ ਪੂਰਾ ਹਨੇਰਾ ਛਾ ਗਿਆ, ਕਾਲੀ ਘਟਾ ਛਾ ਗਈ, ਜਿਸ ਤੋਂ ਬਾਅਦ ਦੇਖ ਸਕਦੇ ਹੋ ਕਿੰਨੀ ਤੇਜ਼ੀ ਦੇ ਨਾਲ ਹਵਾਵਾਂ ਚੱਲ ਰਹੀਆਂ ਨੇ। ਸੜਕਾਂ ਤੇ ਰਾਹਗੀਰ ਹਵਾਵਾਂ ਦਾ ਸਾਹਮਣਾ ਕਰ ਰਹੇ ਆ। ਤੇਜ਼ ਹਨੇਰੀ ਦੇ ਕਾਰਨ ਹਾਦਸਾ ਵਾਪਰਨ ਦਾ ਜਿਹੜਾ ਖਤਰਾ ਹੈ, ਲਗਾਤਾਰ ਜਿਹੜੇ ਹਾਦਸੇ ਹਨੇਰੀ ਦੇ ਕਾਰਨ ਬੀਤੇ ਦਿਨ ਹੋਏ, ਉਸ ਦਾ ਹੀ ਡਰ ਦੁਬਾਰਾ ਮੰਡਰਾਉਣ ਲੱਗ ਪਿਆ ਹੈ। ਦੁਕਾਨਦਾਰ ਘਰਾਂ ਨੂੰ ਪਰਤਣ ਲਈ ਮਜਬੂਰ ਹੋ ਗਏ ਨੇ। ਦੇਖ ਸਕਦੇ ਹੋ ਰੇਹੜੀ ਚਾਲਕ ਫੜੀ ਜਿਹੜੇ ਲਾਉਂਦੇ ਨੇ ਸੜਕਾਂ ਦੇ ਕਿਨਾਰੇ, ਉਹਨਾਂ ਦਾ ਸਮਾਨ ਉੱਡ ਗਿਆ, ਜਿਸ ਕਰਕੇ ਉਹ ਘਰਾਂ ਨੂੰ ਪਰਤਣ ਨੂੰ ਮਜਬੂਰ ਹੋ ਗਏ ਨੇ। ਤਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਹਨੇਰੀ ਝੱਖੜ ਆ ਗਿਆ ਏ। ਤੁਸੀਂ ਆਪਣੇ ਇਲਾਕੇ ਦਾ ਹਾਲ ਦੱਸੋ, ਪੰਜਾਬ ਭਰ ਦੇ ਵਿੱਚ ਕਿੱਥੇ ਕਿੱਥੇ ਮੀਂਹ ਹਨੇਰੀ ਝੱਖੜ ਆ ਰਿਹਾ ਹੈ। ਜੇ ਗੱਲ ਕਰੀਏ ਬਠਿੰਡਾ ਦੀ ਤਾਂ ਉੱਥੋਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਫਜ਼ਿਲਕਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ। ਲਗਾਤਾਰ ਜਿਹੜਾ ਹਨੇਰੀ ਹੈ, ਮੀਂਹ ਹੈ, ਉਹ ਪੈਂਦਾ ਪਿਆ ਏ। ਤਾਂ ਆਪਣੇ ਆਪਣੇ ਇਲਾਕੇ ਦਾ ਹਾਲ ਦੱਸੋ ਕਮੈਂਟ ਕਰਕੇ। ਕਮੈਂਟ ਦੇ ਵਿੱਚ ਜ਼ਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਕੀ ਮੀਂਹ ਹਨੇਰੀ ਝੱਖੜ ਆ ਰਿਹਾ ਏ। ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਬਿਜਲੀ, ਕਿਉਂਕਿ ਬੀਤੇ ਦਿਨ ਵੀ ਹਨੇਰੀ ਤੋਂ ਬਾਅਦ ਬਿਜਲੀ ਗੁੱਲ ਰਹੀ ਸੀ, ਤਾਂ ਪਾਣੀ ਭਰ ਕੇ ਰੱਖ ਲਓ ਘਰਾਂ ਦੇ ਵਿੱਚ। ਤੇ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਲੋਕ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹਨੇਰੀ ਹੈ ਕਾਫੀ ਤੇਜ਼ੀ ਦੇ ਨਾਲ ਚੱਲ ਰਹੀ ਹੈ, ਜਿਸ ਕਰਕੇ ਬੱਤੀ ਗੁੱਲ ਹੋ ਗਈ ਹੈ, ਸ਼ਹਿਰ ਦੀ ਬਿਜਲੀ ਜਿਹੜੀ ਹੈ ਕਿਸੇ ਦੇ ਘਰ ਨਹੀਂ ਆ ਰਹੀ। ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਆਪਣੇ ਆਪਣੇ ਇਲਾਕਿਆਂ ਦੇ ਹਾਲ ਦੱਸੋ। ਮੁੜ ਪੰਜਾਬ ਦੇ ਵਿੱਚ ਮੀਂਹ ਹਨੇਰੀ ਝੱਖੜ ਆ ਗਿਆ ਹੈ।